ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਬਹੁਤ ਟਾਈਮ ਬਾਅਦ ਆਪਾਂ ਇੱਕ ਹੋਰ ਪਾਵਰਫੁਲ ਯੂਰੋਪੀਅਨ ਕੰਟਰੀ ਦੀ ਗੱਲ ਕਰਨ ਜਾ ਰਹੇ ਹਾਂ। ਆਲਰੇਡੀ ਆਪਾਂ ਪਾਵਰਫੁਲ ਕੰਟਰੀਜ਼ ਜਿਹੜੀਆਂ ਯੂਰਪ ਦੇ ਵਿੱਚ ਹੈਗੀਆਂ ਨੇ, ਜਿਵੇਂ ਸਵੀਡਨ, ਡੈਨਮਾਰਕ, ਜਰਮਨੀ, ਨੀਦਰਲੈਂਡਸ ਅਤੇ ਦੋ ਚਾਰ ਕੰਟਰੀਜ਼ ਹੋਰ ਸੀਗੀਆਂ ਜਿਨ੍ਹਾਂ ਦੀ ਵੀਡੀਓਜ਼ ਮੈਂ ਬਣਾਈਆਂ ਸੀ, ਤੁਹਾਨੂੰ ਦੱਸਿਆ ਸੀ ਕਿ ਆਪਾਂ ਇਸ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਹਾਂ, ਕਿਵੇਂ ਆਪਣੇ ਪਰਿਵਾਰ ਨਾਲ ਬੱਚਿਆਂ ਦੇ ਨਾਲ ਉੱਥੇ ਜਾ ਕੇ ਕਮਾਈ ਕਰ ਸਕਦੇ ਹਾਂ, PR ਲੈ ਸਕਦੇ ਹਾਂ ਅਤੇ ਉੱਥੇ ਸੈਟਲ ਹੋਣਾ ਆ ਜਿਹੜਾ ਚਾਹ ਰਹੇ ਹਾਂ ਆਪਾਂ ਉਹ ਹੋ ਸਕਦੇ ਹਾਂ। ਬਟ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ ਕੰਟਰੀਆਂ ਸੀ, ਜਿਵੇਂ ਆਪਾਂ ਹੰਗਰੀ ਗੱਲ ਕਰ ਲਈਏ, ਪੋਲੈਂਡ ਦੀ ਗੱਲ ਕਰ ਲਈਏ, ਲਾਤਵੀਆ, ਲਿਥੁਆਨੀਆ ਦੀ ਗੱਲ ਕਰ ਲਈਏ, ਜਿਹਨਾਂ ਦਾ ਵੀਜ਼ਾ ਸਕਸੈਸ ਰੇਸ਼ੋ ਸੀ ਉਹ ਘੱਟ ਆ ਰਹੀ ਸੀ, ਕਿਉਂਕਿ ਉਹ ਕੰਟਰੀਜ਼ ਦੇ ਵਿੱਚ ਇਨਕਮ ਅਤੇ ਜਿਹੜੀ ਇਨਕਮ ਘੱਟ ਹੈ ਅਤੇ ਫੀਸਾਂ ਵੀ ਘੱਟ ਹੈ, ਪਰ ਉਹ ਵੀਜ਼ਾ ਵੀ ਨਹੀਂ ਦੇ ਰਹੀਆਂ ਕਿ ਉਹਨਾਂ ਨੂੰ ਡਰ ਹੈ ਕਿ ਇੱਥੇ ਆ ਕੇ ਜਿਹੜੇ ਸਟੂਡੈਂਟਸ ਨੇ ਅੱਗੇ ਮੂਵ ਕਰ ਜਾਂਦੇ ਆ, ਫੈਮਿਲੀਜ਼ ਮੂਵ ਕਰ ਜਾਂਦੀਆਂ ਆ। ਸੋ ਦੈਟਸ ਵਾਈ ਉਹ ਸਕਸੈਸ ਜਿਹੜੇ ਵੀਜ਼ਾ ਦਾ ਅਸੀਂ ਨਹੀਂ ਸੀ ਆ ਰਹੀ ਆ। ਤਾਂ ਆਪਾਂ ਅੱਜ ਕੰਟਰੀ ਜਿਹੜੀ ਲੈ ਕੇ ਆਏ ਹਾਂ, ਕੰਟਰੀ ਦਾ ਨਾਮ ਆ ਆਸਟਰੀਆ। ਆਸਟਰੀਆ ਸ਼ੈਂਗਨ ਕੰਟਰੀ ਹੈ, ਯੂਰੋਪੀਅਨ ਕੰਟਰੀ ਹੈ, ਪਾਵਰਫੁਲ ਕੰਟਰੀ ਆ ਬਾਕੀ ਕੰਟਰੀਜ਼ ਦੇ ਨਾਲ। ਆਸਟਰੀਆ ਦਾ ਇੱਕ ਸਾਈਡ ਜਰਮਨ ਨਾਲ, ਦੂਜੀ ਸਾਈਡ ਸਵਿਟਜ਼ਰਲੈਂਡ ਨਾਲ, ਇੱਕ ਸਾਈਡ ਚੈੱਕ ਰਿਪਬਲਿਕ ਦੇ ਨਾਲ ਬੋਰਡਰ ਪੈਂਦਾ ਆ। ਆਫੀਸ਼ੀਅਲ ਜਿਹੜੀ ਇਹਨਾਂ ਦੀ ਲੈਂਗੁਏਜ ਹੈਗੀ ਹੈ, ਲੈਂਗੁਏਜ ਹੈਗੀ ਹੈ ਜਰਮਨ। ਜਰਮਨ ਮੋਸਟਲੀ ਸਾਰੇ ਜਿਹੜੇ ਲੋਕ ਨੇ ਆਸਟਰੀਆ ਦੇ ਵਿੱਚ ਸਾਰੇ ਉਹ ਜਰਮਨ ਬੋਲਦੇ ਆ। ਸੈਕਿੰਡ ਲੈਂਗੁਏਜ ਜਿਹੜੀ ਹੈਗੀ ਆ ਉਹ ਹੈਗੀ ਹੈ ਇੰਗਲਿਸ਼, ਜਿਵੇਂ ਆਪਣੀ ਹਿੰਦੀ ਫਸਟ ਹੈ ਉਸ ਤੋਂ ਬਾਅਦ ਇੰਗਲਿਸ਼ ਆ ਜਾਂਦੀ ਹੈ, ਸੇਮ ਉੱਥੇ ਉਹਨਾਂ ਦੀ ਜਰਮਨ ਫਸਟ ਹੈ, ਬਾਅਦ 'ਚੋਂ ਇੰਗਲਿਸ਼ ਬੋਲਦੇ ਆ। ਕੈਪੀਟਲ ਸਿਟੀ ਹੈਗੀ ਆ ਵਿਆਨਾ, ਅਤੇ ਉਹਦੀ ਜਿਹੜੀ ਕਰੰਸੀ ਹੈਗੀ ਆ ਓਫਿਸ਼ੀਅਲ ਉਹ ਹੈਗੀ ਆ ਯੂਰੋ। ਮੈਂ ਆਲਰੇਡੀ ਇੱਕ ਆਸਟਰੀਆ ਦੀ ਵੀਡੀਓ ਬਹੁਤ ਸਾਲ ਪਹਿਲਾਂ, ਦੋ ਸਾਲ ਪਹਿਲਾਂ ਪਾਈ ਸੀ। ਮੈਂ ਉੱਥੇ ਟਰੈਵਲ ਕੀਤਾ ਸੀ, ਉੱਥੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇੱਕ ਪਾਵਰਫੁਲ ਕੰਟਰੀ ਹੈ, ਵੇਜਸ ਬਹੁਤ ਜ਼ਿਆਦੀਆਂ ਨੇ, ਜਿਹੜੇ ਲੋਕ ਮਿਲੇ ਉਹਨਾਂ ਤੋਂ ਪੁੱਛਿਆ ਵੀ ਕੀ ਕੰਮ ਮਿਲ ਸਕਦਾ ਆ, ਕਿੰਨੀ ਵੇਜਸ ਮਿਲਦੀ ਹੈ, ਕਿੰਨੇ ਯੂਰੋ ਤੁਸੀਂ ਘੰਟੇ ਦੇ ਸਟੱਡੀ ਦੇ ਨਾਲ ਜਾਂ ਪਾਰਟ ਟਾਈਮ ਵਰਕ ਜਿਹੜਾ ਅਲਾਊਡ ਰਹਿੰਦਾ ਆ ਜਾਂ ਸਟੱਡੀ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਮਾ ਸਕਦੇ ਹੋ, ਉਹ ਸਾਰੀਆਂ ਗੱਲਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ। ਸਟਾਰਟ ਕਰਦੇ ਆ ਵੀਡੀਓ। ਸਭ ਤੋਂ ਪਹਿਲਾਂ ਆਸਟਰੀਆ ਦੇ ਸਟੱਡੀ ਵੀਜ਼ੇ ਦੀ ਮੈਂ ਗੱਲ ਕਰਨ ਲੱਗਿਆ। ਸਭ ਤੋਂ ਪਹਿਲਾਂ ਐਲੀਜੀਬਿਲਟੀਜ਼ ਕੀ ਹੁੰਦੀਆਂ ਨੇ, ਜੇ ਆਪਾਂ ਉੱਥੇ ਜਾਣਾ ਆ ਪਹਿਲਾਂ ਤਾਂ ਸਪਾਊਸ ਵੀਜ਼ਾ ਅਪਲਾਈ ਨਹੀਂ ਕਰ ਸਕਦੇ, ਆਪਾਂ ਸਿੰਗਲ ਸਿੰਗਲ ਅਪਲਾਈ ਕਰ ਸਕਦੇ ਹਾਂ। ਮੇਨ ਐਪਲੀਕੈਂਟ ਪਹਿਲਾਂ ਜਾਏਗਾ, ਸਪਾਊਸ ਦਾ ਬਾਅਦ ਜਾਏਗਾ, ਬੱਚੇ ਉਹਦੇ ਬਾਅਦ ਜਾਣਗੇ। ਐਲੀਜੀਬਿਲਟੀ ਕੀ ਹੈ, 10+2 ਤੁਸੀਂ ਕੀਤੀ ਹੋਈ ਹੈ, ਤੁਹਾਡੇ ਮਿਨੀਮਮ 55% ਮਾਰਕਸ ਚਾਹੀਦੇ ਨੇ। ਬਹੁਤ ਸਾਰੇ ਪ੍ਰਾਈਵੇਟ ਕੋਲਜਸ ਜਿਹੜੇ ਹੈਗੇ ਨੇ ਐਡਮਿਸ਼ਨ ਈਜ਼ੀ ਦੇ ਦਿੰਦੇ ਨੇ ਵਿਦ ਆਈਲੈਟਸ ਅਤੇ ਵਿਦਆਊਟ ਆਈਲੈਟਸ। ਜੇ ਵਿਦ ਆਈਲੈਟਸ ਦੀ ਮੈਂ ਗੱਲ ਕਰਾਂ ਤਾਂ ਹਾਈ ਚਾਂਸਸ ਰਹਿੰਦੇ ਆ ਤੁਹਾਡੇ ਵੀਜ਼ਾ ਦੇ, ਅਤੇ ਜਿਹੜੇ ਸਿਰਫ ਆਪਾਂ ਨੂੰ ਬੈਂਡ ਸਕੋਰ ਰਿਕੁਆਇਰਮੈਂਟ ਰਹਿੰਦੀ ਆ, ਉਹ ਰਹਿੰਦੀ ਆ 5.5 ਬੈਂਡ ਦੀ ਓਵਰਆਲ। 5.5 ਬੈਂਡ ਹੈਗੇ ਆ, ਅਪਲਾਈ ਕਰ ਸਕਦੇ ਆ, ਵਧੀਆ ਰੈਪੋਟੇਸ਼ਨ ਜਿਹੜੇ ਕੋਲਜਸ ਯੂਨੀਵਰਸਿਟੀਜ਼ ਨੇ ਉਹ ਮਿਲ ਜਾਣਗੀਆਂ। ਵਿਦਆਊਟ ਆਈਲੈਟਸ ਵੀ ਐਡਮਿਸ਼ਨਸ ਮਿਲ ਜਾਂਦੀਆਂ ਨੇ, ਬਟ ਜਿਹੜੇ ਕੋਲਜਸ ਦੀ ਰੈਪੋਟੇਸ਼ਨ ਆ ਉਹ ਥੋੜ੍ਹੀ ਡਾਊਨ ਮਿਲੇਗੀ, ਵੀਜ਼ਾ 'ਤੇ ਕਿਤੇ ਨਾ ਕਿਤੇ ਇੰਪੈਕਟ ਪੈ ਸਕਦਾ ਆ। ਸੋ ਮੈਂ ਰਿਕਮੈਂਡ ਕਰੂੰਗਾ 5 ਜਾਂ 5.5 ਬੈਂਡ ਤੁਸੀਂ ਲੈ ਸਕਦੇ ਹੋ। ਆਸਟਰੀਆ ਪਾਵਰਫੁਲ ਕੰਟਰੀ ਤੁਸੀਂ ਚੂਜ਼ ਕਰ ਸਕਦੇ ਹੋ, ਰੈਦਰ ਦੈਨ ਹੰਗਰੀ, ਪੋਲੈਂਡ ਜਾਂ ਇਹ ਕੰਟਰੀ ਨੂੰ। ਪਰ ਫਿਰ ਵੀ ਯੂਰਪ ਜਾਣ ਦਾ ਜ਼ਰੀਆ ਉਹ ਵੀ ਹੈਗਾ, ਯੂਰਪ ਜਾਣ ਦਾ ਜ਼ਰੀਆ ਇਹ ਵੀ ਹੈਗਾ, ਬਟ ਆਸਟਰੀਆ ਤੋਂ ਅੱਗੇ ਮੂਵ ਹੋਣ ਬਾਰੇ ਆਪਾਂ ਸੋਚ ਸਕਦੇ ਵੀ ਆ, ਨਹੀਂ ਸਕਦੇ, ਕਿਉਂਕਿ ਵੇਜਸ ਦੀ ਗੱਲ ਆ ਜਾਂਦੀ ਹੈ, ਵੇਜਸ ਕਿੰਨੇ ਆ। ਜੇ ਆਪਾਂ ਪਾਰਟ ਟਾਈਮ ਜੋਬਸ ਦੀ ਗੱਲ ਕਰੀਏ, ਜਿਹੜੇ ਮਿਨੀਮਮ ਵੇਜਸ ਹੈਗੀਆਂ ਨੇ ਆਸਟਰੀਆ ਦੇ ਵਿੱਚ ਉਹ ਹੈਗੀਆਂ 1500 ਤੋਂ ਸਟਾਰਟ ਹੋ ਕੇ 2000 ਯੂਰੋ। ਗਵਰਨਮੈਂਟ ਨੇ ਜਿਹੜਾ ਫਿਕਸ ਕੀਤਾ ਹੋਇਆ ਕਿ ਮੰਥਲੀ ਤੁਹਾਨੂੰ ਅਸੀਂ 1500 ਤੋਂ 2000 ਯੂਰੋ ਮਿਨੀਮਮ ਦੇਵਾਂਗੇ ਹੀ ਦੇਵਾਂਗੇ, ਇਸ ਤੋਂ ਘੱਟ ਕੋਈ ਤੁਹਾਨੂੰ ਇੰਪਲੋਇਰ ਜਾਂ ਕੋਈ ਕੰਪਨੀ ਵੇਜਸ ਨਹੀਂ ਦੇ ਸਕਦੀ, ਉਹ ਇਲੀਗਲ ਹੈ। ਤੁਸੀਂ ਇੱਕ ਜੈਨੂਅਨ ਲੀਗਲ ਸਟੂਡੈਂਟ ਹੈਗੇ ਹੋ ਜਾਂ ਤੁਸੀਂ ਕਿਸੇ ਵੀ ਵੀਜ਼ੇ 'ਤੇ ਹੈਗੇ, ਤੁਹਾਨੂੰ 1500 ਯੂਰੋ ਮਿਨੀਮਮ ਮਿਲੇਗਾ ਹੀ ਮਿਲੇਗਾ। ਨੋ ਡਾਊਟ ਜੇ ਇੰਨਾ ਯੂਰੋ ਆਪਾਂ ਨੂੰ ਇੱਥੇ ਇਨਕਮ ਮਿਲ ਰਹੀ ਆ, ਤਾਂ ਉੱਥੇ ਜਿਹੜੇ ਆਪਣਾ ਰਹਿਣ ਦਾ, ਖਾਣ ਦਾ, ਪੀਣ ਦਾ ਖਰਚਾ ਵੀ ਹਾਈ ਹੋਣ ਵਾਲਾ। ਸੋ ਐਕਸਪੈਂਸਿਸ ਦੀ ਗੱਲ ਕਰੀਏ, ਲਿਵਿੰਗ ਐਕਸਪੈਂਸਿਸ ਜਿਹੜੇ ਹੈਗੇ ਆ 400 ਯੂਰੋ ਤੋਂ ਸਟਾਰਟ ਹੁੰਦੇ ਆ ਮੰਥਲੀ, 400 ਯੂਰੋ ਤੋਂ ਲੈ ਕੇ 800-900 ਹਜ਼ਾਰ ਯੂਰੋ ਤੱਕ ਵੀ ਚਲਿਆ ਜਾਂਦਾ ਹੈ, ਡਿਪੈਂਡ ਕਰਦਾ ਹੈ ਤੁਹਾਡਾ ਲਿਵਿੰਗ ਸਟੈਂਡਰਡ 'ਤੇ, ਕਿਸ ਤਰ੍ਹਾਂ ਦਾ ਤੁਸੀਂ ਲਿਵਿੰਗ ਦੇ ਵਿੱਚ ਰਹਿਣਾ ਚਾਹੁੰਦੇ ਹੋ।
ਜਿਹੜੀ ਕਿ ਅਪਾਰਟਮੈਂਟ ਲੈਣਾ ਚਾਹੁੰਦੇ ਹੋ, ਸ਼ੇਅਰਿੰਗ ਦੇ ਵਿੱਚ ਰਹਿਣਾ ਚਾਹੁੰਦੇ ਹੋ, ਤੁਹਾਡੇ 'ਤੇ ਡਿਪੈਂਡ ਕਰਦਾ ਆ। ਟਰਾਂਸਪੋਰਟੇਸ਼ਨ ਜਾਂ ਫੂਡ ਉਹ ਵੀ ਐਕਸਪੈਂਸਿਸ ਹੈ, ਕਿਉਂਕਿ ਇੱਥੇ ਇਨਕਮ ਜ਼ਿਆਦਾ ਹੈ ਤਾਂ ਐਕਸਪੈਂਸਿਸ ਹੈ। ਜਿਵੇਂ ਮੈਂ ਨੀਦਰਲੈਂਡਸ ਦੀ ਵੀਡੀਓ ਬਣਾਈ ਸੀ, ਸੇਮ ਉਵੇਂ ਆਸਟ੍ਰੀਆ ਦੇ ਵਿੱਚ ਵੀ ਹੈ। ਜਿਵੇਂ ਨੀਦਰਲੈਂਡਸ ਦੇ ਵਿੱਚ ਇਨਕਮ ਜ਼ਿਆਦਾ ਹੈ, ਖਰਚਾ ਵੀ ਜ਼ਿਆਦਾ, ਉਵੇਂ ਆਸਟ੍ਰੀਆ ਦੇ ਵਿੱਚ ਇਨਕਮ ਜ਼ਿਆਦਾ ਹੈ, ਖਰਚਾ ਵੀ ਜ਼ਿਆਦਾ। ਬਟ ਮਿਨੀਮਮ ਸਟੂਡੈਂਟ ਜੇ ਆਪਾਂ ਗੱਲ ਕਰੀਏ ਤਾਂ 1000 to 1200 euro ਸੇਵਿੰਗ ਕਰ ਸਕਦਾ ਆ ਸਟੱਡੀ ਦੇ ਦੌਰਾਨ। ਜੇ ਸਟੱਡੀ ਤੋਂ ਬਾਅਦ ਕੰਪਲੀਟ ਹੋਣ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ 'ਤੇ ਆਉਂਦਾ ਆ ਤਾਂ ਫੁੱਲ ਟਾਈਮ ਕੰਮ ਕਰ ਸਕਦੇ ਆ, ਫਿਰ 1500 to 2000 euro ਤੁਸੀਂ ਮੰਥਲੀ ਕਮਾ ਸਕਦੇ ਹੋ। ਵੇਜਸ ਨੂੰ ਮੈਂ ਜ਼ਿਆਦਾ ਪ੍ਰਮੋਟ ਗੱਲ ਕਿਉਂ ਕਰਦਾ ਵਾਰ ਵਾਰ, ਕਿਉਂਕਿ ਮੋਸਟਲੀ ਕੁਸ਼ਚਨ ਇਹੀ ਆਉਂਦੇ ਆ ਕਿ ਸਟੱਡੀ 'ਤੇ ਅਸੀਂ ਜਾਣਾ ਪਰ ਸਾਡੀ ਫਸਟ ਪ੍ਰੈਫਰੈਂਸ ਕੀ ਆ, ਉੱਥੇ ਜਾ ਕੇ ਅਸੀਂ ਕਿੰਨੇ ਕੁ ਪੈਸੇ ਕਮਾ ਸਕਦੇ ਹਾਂ, ਸਾਨੂੰ ਉਹ ਗੱਲ ਕਲੀਅਰ ਕਰੋ। ਇਲੀਜੀਬਿਲਟੀ ਦੀ ਮੈਂ ਗੱਲ ਕਰਤੀ ਸੀਗੀ ਕਿ ਹਾਂਜੀ ਪਲੱਸ ਟੂ ਚਾਹੀਦੀ ਆ 55% ਦੇ ਨਾਲ, ਆਈਲੈਟਸ ਚਾਹੀਦੀ ਆ 5.5 ਮਿੰਟ, ਤੁਹਾਨੂੰ ਵਧੀਆ ਕੋਲਜ ਦੇ ਵਿੱਚ ਐਡਮਿਸ਼ਨ ਕਰਾ ਕੇ ਦੇਵਾਂਗੇ ਜਾਂ ਤੁਸੀਂ ਖੁਦ ਅਪਲਾਈ ਕਰ ਸਕਦੇ ਹੋ। ਐਡਮਿਸ਼ਨ ਹੋ ਜਾਂਦੀ ਹੈ, ਐਡਮਿਸ਼ਨ ਹੋਣ ਤੋਂ ਬਾਅਦ ਗੱਲ ਆ ਜਾਂਦੀ ਹੈ ਖਰਚਾ। ਘੱਟ ਤੋਂ ਘੱਟ ਖਰਚੇ ਦੇ ਵਿੱਚ ਜਾਣਾ ਹੈ ਜੀ, ਸਾਨੂੰ 4-5 ਲੱਖ ਦੇ ਵਿੱਚ ਯੂਰਪ ਭੇਜ ਦਿਉ, ਸਾਨੂੰ ਸ਼ੈਂਗਨ ਏਰੀਏ 'ਚ ਭੇਜ, ਤੁਸੀਂ ਐਂਟਰੀ ਲੈਣੀ ਹੈ, ਹੋਰ ਸਾਡਾ ਕੋਈ ਮੋਟਿਵ ਨਹੀਂ, ਸਿਰਫ ਇੱਕ ਵਾਰੀ ਐਂਟਰ ਕਰਾ ਦਿਉ, ਅੱਗੇ ਅਸੀਂ ਜਾਣੀ ਹੈ, ਸਾਡਾ ਕੰਮ ਜਾਣੀ। ਇਹ ਵਾਲੇ ਕੁਐਸਚਨ ਵੀ ਬਹੁਤ ਸਾਰੇ ਸੁਣਨ ਨੂੰ ਆਉਂਦੇ ਆ। ਬਟ ਇੱਕ ਚੀਜ਼ ਹੋਰ ਵੀ ਸੋਚ ਕੇ ਚੱਲਿਆ ਕਰੋ, ਜੇ ਆਪਾਂ ਕਿਸੇ ਦੇਸ਼ ਦੇ ਵਿੱਚ ਜਾ ਰਹੇ ਹਾਂ, ਸਪੈਸ਼ਲੀ ਜੇ ਆਪਾਂ ਯੂਰਪ ਜਾ ਰਹੇ ਹਾਂ, ਜੇ ਉੱਥੇ ਆਪਾਂ ਇੰਨੇ ਪੈਸੇ ਲਾ ਕੇ ਜਾ ਰਹੇ ਹਾਂ ਕਿ ਉਹ ਕੰਟਰੀ ਦੇ ਵਿੱਚ ਰਹਿ ਕੇ ਸੈਟਲ ਨਹੀਂ ਹੋ ਸਕਦੇ, ਜ਼ਰੂਰੀ ਤਾਂ ਨਹੀਂ ਕਿ ਅੱਗੇ ਜਰਮਨ ਜਾਂ ਇਟਲੀ ਜਾਂ ਪੁਰਤਗਾਲ ਸਵੀਡਨ ਡੈਨਮਾਰਕ ਹੀ ਮੂਵ ਹੋਣਾ ਆ, ਪਰ ਜਿੱਥੇ ਆਪਾਂ ਜਾ ਰਹੇ ਹਾਂ ਜਿਹੜੀ ਕੰਟਰੀ ਦਾ ਵੀਜ਼ਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਕਿੰਨੇ ਕੁ ਆਪਸ਼ਨ ਦੇ ਰਹੀ ਹੈ ਉੱਥੇ ਸੈਟਲਮੈਂਟ ਹੋਣ ਦੇ। ਮੰਨ ਲਓ ਫੋਰ ਐਗਜ਼ਾਮਪਲ ਤੁਹਾਡੇ ਕੋਲ ਆਸਟ੍ਰੀਆ ਦਾ ਵੀਜ਼ਾ, ਤੁਸੀਂ ਉੱਥੇ ਜਾ ਕੇ ਆਪਣਾ ਟੈਕਸ ਨੰਬਰ ਅਪਲਾਈ ਕਰੋਗੇ, ਅਕੋਮੋਡੇਸ਼ਨ ਲੈ ਸਕਦੇ ਹੋ, ਸਿਮ ਲੈ ਸਕਦੇ ਹੋ, ਆਪਣੇ ਨਾਮ 'ਤੇ ਘਰ ਲੈ ਸਕਦੇ ਹੋ, ਜੋ ਮਰਜ਼ੀ ਕਰ ਸਕਦੇ ਹੋ। ਬਟ ਆਸਟ੍ਰੀਆ ਦੇ ਵੀਜ਼ੇ 'ਤੇ ਤੁਸੀਂ ਅਨਦਰ ਯੂਰੋਪੀਅਨ ਕੰਟਰੀ ਜਾਂਦੇ ਹੋ ਜਾਂ ਕਿਸੇ ਵੀ ਸ਼ੈਂਗਨ ਵੀਜ਼ੇ 'ਤੇ ਜਿਹੜੀ ਕੰਟਰੀ ਨੇ ਇਸ਼ੂ ਕੀਤਾ ਹੈ ਉਸ ਨੂੰ ਛੱਡ ਕੇ ਕਿਸੇ ਵੀ ਅਨਦਰ ਕੰਟਰੀ ਜਾਂਦੇ ਹੋ, ਘੁੰਮੋ ਫਿਰੋ ਰਹੋ ਜਿੰਨਾ ਟਾਈਮ ਮਰਜ਼ੀ ਫ੍ਰੀ ਰਹਿ ਸਕਦੇ ਹੋ, ਕੋਈ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਪ੍ਰੋਬਲਮ ਕਿਸ ਚੀਜ਼ ਦੀ ਆਉਣੀ ਹੈ, ਜਿਹੜੀ ਕੰਟਰੀ ਵੀਜ਼ਾ ਇਸ਼ੂ ਕਰਦੀ ਹੈ ਤੁਸੀਂ ਲੀਗਲੀ ਉਸ ਕੰਟਰੀ ਦੇ ਵਿੱਚ ਰਾਈਟਸ ਹੈ, ਤੁਸੀਂ ਉੱਥੇ ਕੰਮ ਕਰ ਸਕਦੇ ਹੋ, ਉਸ ਕੰਟਰੀ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਾ ਕੇ ਸਿਮ ਕਾਰਡ ਜਾਂ ਕੋਈ ਵੀ ਤੁਸੀਂ ਆਪਣੇ ਨਾਮ 'ਤੇ ਕੋਈ ਵੀ ਕੰਪਨੀ ਓਪਨ ਕਰਨੀ ਹੈ, ਤੁਸੀਂ ਥੋੜ੍ਹਾ ਘਰ ਦੇ ਇਲੈਕਟ੍ਰੀਸਿਟੀ ਬਿੱਲ ਤੋਂ ਲੈ ਕੇ ਗੈਸ ਬਿੱਲ ਤੱਕ ਵੀ ਅਪਲਾਈ ਕਰਨਾ, ਤੁਸੀਂ ਉਸੇ ਕੰਟਰੀ ਕਰ ਸਕਦੇ ਹੋ ਜਿਹੜੀ ਕੰਟਰੀ ਦਾ ਵੀਜ਼ਾ। ਨੋ ਡਾਊਟ ਜੇ ਘੁੰਮਣਾ ਫਿਰਨਾ ਆ ਜਾਂ ਟਰੈਵਲ ਕਰਨਾ ਹੈ, ਕਿਤੇ ਵੀ ਜਾਣਾ ਹੈ, ਪੂਰਾ ਯੂਰਪ ਤੁਹਾਡਾ ਵੈਲਕਮ ਕਰਦਾ, ਸ਼ੈਂਗਨ ਖੁੱਲ੍ਹਾ, ਜਿੱਥੇ ਮਰਜ਼ੀ ਜਾਓ, ਜਿਹਨੂੰ ਮਰਜ਼ੀ ਮਿਲੋ, ਜਿਹਦੇ ਕੋਲ ਮਰਜ਼ੀ ਰਹੋ, ਬਟ ਕੰਮ ਲੀਗਲੀ ਉਸੇ ਕੰਟਰੀ ਜਿੱਥੇ ਤੁਸੀਂ ਰਹਿ ਸਕਦੇ ਹੋ। ਸੋ ਫਸਟ ਜਿਹੜੀ ਪ੍ਰਾਇਰਟੀ ਉੱਥੇ ਰੱਖਿਆ ਕਰੋ ਕਿ ਜਿੱਥੇ ਅਸੀਂ ਜਾ ਰਹੇ ਹਾਂ ਉੱਥੇ ਜਾ ਕੇ ਸੈਟਲ ਹੋਣਾ ਆ, ਉਹ ਸਾਡੀ ਫਸਟ ਪ੍ਰਾਇਰਟੀ ਹੈ। ਮੰਨ ਲਓ ਤੁਸੀਂ ਹੁਣ ਆਸਟ੍ਰੀਆ ਜਾ ਰਹੇ ਹੋ, ਮੈਂ ਕਹਿੰਦਾ ਕਿ ਉੱਥੇ ਜਾ ਕੇ ਸੈਟਲ ਹੋਣ ਦੇ ਆਪਸ਼ਨ ਦੇਖੋ, ਕਿਉਂਕਿ ਬਹੁਤ ਵਧੀਆ ਕੰਟਰੀ ਹੈ, ਨੋ ਡਾਊਟ ਕਿ ਤੁਸੀਂ ਅੱਗੇ ਮੂਵ ਕਰਨਾ, ਤੁਹਾਡੇ ਰਿਸ਼ਤੇਦਾਰ ਹੈਗੇ ਆ, ਤੁਸੀਂ ਕਰ ਸਕਦੇ ਹੋ, ਬਟ ਉੱਥੇ ਜਾ ਕੇ ਰਹਿ ਸਕਦੇ ਹੋ, ਇਨਕਮ ਦੇ ਸੋਰਸਿਸ ਵਧੀਆ ਨੇ, ਲੈਂਗੁਏਜ ਦਾ ਕੋਈ ਬੈਰੀਅਰ ਨਹੀਂ ਆਉਣ ਵਾਲਾ, ਕਿਉਂਕਿ 90% ਲੋਕ ਇੰਗਲਿਸ਼ ਬੋਲਦੇ ਆ, ਉੱਥੇ ਜੋਬਸ ਜਿਹੜੇ ਸਕਿੱਲਸ ਨੇ ਉਹ ਵਧੀਆ ਮਿਲ ਜਾਂਦੇ ਆ, PR ਦਾ ਆਪਸ਼ਨ ਨੇ ਕੰਟਰੀ ਦੇ ਦਿੰਦੀ ਆ, ਪੋਸਟ ਸਟੱਡੀ ਵਰਕ ਪਰਮਿਟ ਦੇ ਦਿੰਦੀ ਹੈ, ਸਕਸੈਸ ਰੇਟ ਵੀਜ਼ਾ ਸਟੱਡੀ ਵੀਜ਼ੇ ਦਾ ਬਹੁਤ ਜ਼ਿਆਦਾ ਹਾਈ ਆ ਰੈਦਰ ਦੈਨ ਅਦਰ ਕੰਟਰੀਜ਼, ਸੇਮ ਜਿਵੇਂ ਸਵੀਡਨ ਡੈਨਮਾਰਕ ਦਾ ਹਾਈ ਆ, ਉਵੇਂ ਹੀ ਆਸਟ੍ਰੀਆ ਦਾ ਵੀ ਸਕਸੈਸ ਰੇਟ ਹਾਈ ਆ। ਸੋ ਤੁਸੀਂ ਆਸਟ੍ਰੀਆ ਜਾ ਕੇ ਆਸਟ੍ਰੀਆ ਰਹਿਣ ਬਾਰੇ ਜੇ ਆਪਾਂ ਗੱਲ ਕਰੀਏ, ਪਹਿਲਾਂ ਤੁਹਾਨੂੰ ਜਿਹੜੀ ਸਟੱਡੀ ਹੈ ਉਹਦੀ ਐਲੀਜੀਬਿਲਟੀ ਮੈਂ ਦੱਸਦੀ ਹੈ, ਫੀਸ ਕਿੰਨੀ ਆਊਗੀ, ਬੈਚਲਰਸ ਕਰਨ ਵਾਸਤੇ ਚੱਲੇ ਹੋ ਜਿਹੜੀ ਬੈਚਲਰਸ ਦੀ ਫੀਸ ਆਊਗੀ 8000 euro ਤੋਂ ਸਟਾਰਟ ਹੋ ਜਾਂਦੀ ਹੈ, 8000 ਤੋਂ ਲੈ ਕੇ 10000 euro ਜਿਹੜੀ ਫੀਸ ਹੈ ਇੱਕ ਸਾਲ ਦੀ ਆਊਗੀ, ਸਾਲ ਦੀ ਫੀਸ ਤੁਹਾਨੂੰ ਪੇ ਕਰਨੀ ਪੈਣੀ ਹੈ। ਹੁਣ ਤੁਸੀਂ 8-10000 euro ਦੇ ਵੀ ਡਾਊਟ ਕਰਨ ਲੱਗੇ, ਬਹੁਤ ਜ਼ਿਆਦਾ ਫੀਸ ਹੈ, ਸਾਨੂੰ ਸਸਤੇ ਵੀ ਆਪਸ਼ਨ ਮਿਲ ਜਾਂਦੇ ਹੈ, ਸਸਤੀਆਂ ਕੰਟਰੀਆਂ ਦੇ ਵਿੱਚ ਇਨਕਮ ਵੀ ਘੱਟ ਹੁੰਦੀ ਹੈ, ਐਕਸਪੈਂਸਿਸ ਕੰਟਰੀਆਂ ਦੇ ਵਿੱਚ ਇਨਕਮ ਵੀ ਜ਼ਿਆਦਾ ਹੁੰਦੀ ਹੈ, ਫੈਮਿਲੀ ਸੈਟਲਮੈਂਟ ਦੇ ਆਪਸ਼ਨ ਵੀ ਜ਼ਿਆਦਾ ਹੁੰਦੇ ਹੈ। 8-10000 ਤੁਸੀਂ ਫੀਸ ਭਰੋਗੇ, ਕਿੰਨੇ ਇੰਡੀਅਨ ਰੁਪੀਸ ਬਣ ਗਏ, ਉਹੀ ਮੰਨ ਕੇ ਚਲੋ ਤੁਹਾਡਾ 6.5-7 ਲੱਖ ਰੁਪਈਆ ਜਿਹੜਾ ਸਾਲ ਦੀ ਫੀਸ ਆਉਣ ਵਾਲੀ ਹੈ ਬੈਚਲਰਸ ਦੀ,
8 ਤੋਂ ਲੈ ਕੇ 9 ਲੱਖ ਰੁਪਈਆ ਤੁਹਾਡੇ ਸਾਲ ਦੀ ਫੀਸ ਆਉਣ ਵਾਲੀ ਹੈ ਮਾਸਟਰਸ ਦੀ। ਇੱਥੇ ਬੈਚਲਰਸ ਕੋਰਸ, ਮਾਸਟਰਸ ਕੋਰਸ, PhD ਕੋਰਸ ਅਤੇ ਫਾਊਂਡੇਸ਼ਨ ਕੋਰਸਿਸ ਵੀ ਮਿਲ ਜਾਂਦੇ ਆ। ਫਾਊਂਡੇਸ਼ਨ ਕੋਰਸ ਕੀ ਹੁੰਦੇ ਆ? ਪਲੱਸ ਟੂ ਤੋਂ ਬਾਅਦ ਤੁਸੀਂ 1 ਸਾਲ ਦਾ ਕੋਈ ਫਾਊਂਡੇਸ਼ਨ ਕੋਰਸ ਲੈ ਲਓ ਕਿ ਅਸੀਂ ਇਹ ਫਾਊਂਡੇਸ਼ਨ ਕੰਪਲੀਟ ਕਰਨ ਤੋਂ ਬਾਅਦ ਆਪਣੀ ਬੈਚਲਰਸ ਡਿਗਰੀ ਜਿਹੜੀ ਆ ਜੁਆਇਨ ਕਰਾਂਗੇ ਕਿ ਅਸੀਂ ਅੱਗੇ ਜਾ ਕੇ ਸਾਲ ਜਿਹੜੀ ਬੈਚਲਰ ਦੇ ਵਿੱਚ ਪੜ੍ਹਨਾ ਕੀ ਆ ਉਹ ਫਾਊਂਡੇਸ਼ਨ ਦੇ ਵਿੱਚ ਸਿੱਖ ਕੇ ਅਸੀਂ ਆਲਰੇਡੀ ਫਿਰ ਉੱਥੇ ਦਾਖਲਾ ਲਵਾਂਗੇ। ਫਾਊਂਡੇਸ਼ਨ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਬੈਚਲਰਸ ਵਾਸਤੇ ਜਾਂ ਮਾਸਟਰਸ ਵਾਸਤੇ ਅਪਲਾਈ ਕਰ ਸਕਦੇ ਹੋ ਅਤੇ ਫੀਸ ਤੁਹਾਨੂੰ ਆਲਰੇਡੀ ਦੱਸਤੀ ਹੈ, 8 ਤੋਂ 10 ਹਜ਼ਾਰ ਫੋਰ ਬੈਚਲਰਸ, 10 ਤੋਂ 12 ਹਜ਼ਾਰ ਫੋਰ ਮਾਸਟਰ ਸਾਲ ਦੀ। ਫੰਡ ਕਿੰਨੇ ਚਾਹੀਦੇ ਹੁੰਦੇ ਆ ਜਦੋਂ ਫੀਸ ਪੇ ਕਰ ਦੋਗੇ? 11 ਹਜ਼ਾਰ ਯੂਰੋ ਮਿਨੀਮਮ ਗਵਰਨਮੈਂਟ ਕਹਿੰਦੀ ਹੈ ਕਿ ਸਾਨੂੰ ਆਪਣੇ ਖਾਤੇ ਦੇ ਵਿੱਚ ਸ਼ੋਅ ਕਰੋ, ਜਿਵੇਂ ਅਦਰ ਕੰਟਰੀਜ਼ ਕਹਿੰਦੀਆਂ ਨੇ ਸੇਮ ਆਸਟਰੀਆ। 11 ਹਜ਼ਾਰ ਯੂਰੋ ਮਿਨੀਮਮ ਤੁਹਾਨੂੰ ਆਪਣੇ ਖਾਤੇ ਦੇ ਵਿੱਚ ਸ਼ੋਅ ਕਰਵਾਉਣੇ ਪੈਣਗੇ। ਤੁਹਾਡਾ ਸਪੋਂਸਰ, ਤੁਹਾਡੇ ਫਾਦਰ ਮਦਰ ਤੁਹਾਨੂੰ ਜਿਹੜੇ ਸਪੋਂਸਰ ਕਰ ਰਹੇ ਨੇ ਉਹ ਵੀ ਸ਼ੋਅ ਕਰ ਸਕਦੇ ਆ। ਅਕਾਊਂਟ ਦੀ ਜਿਹੜੀ ਸਟੇਟਮੈਂਟ ਆ ਉਹ ਨਾਲ ਲਾ ਕੇ, ਐਫਡੀਜ਼ ਹੈਗੀਆਂ ਨੇ ਉਹ ਨਾਲ ਲਾ ਕੇ, ਉਸ ਤੋਂ ਬਾਅਦ ਇੰਸ਼ੋਰੈਂਸ ਕਰਾਉਣਾ ਆ ਜਿਹੜਾ ਕਿ 101% ਕੰਪਲਸਰੀ ਹੁੰਦਾ ਆ ਕਿ ਤੁਸੀਂ ਆਸਟ੍ਰੀਆ ਜਾ ਰਹੇ ਹੋ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਤੁਹਾਡੀ ਚੋਰੀ ਵਗੈਰੀ ਜਾਂ ਕੋਈ ਤੁਹਾਡੀ ਉੱਥੇ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ, ਹੈਲਥ ਇੰਸ਼ੋਰੈਂਸ ਲੈਣਾ ਮੰਡੇਟਰੀ ਹੈ। ਇੰਡੀਅਨ ਇੰਸ਼ੋਰੈਂਸ ਕੰਪਨੀਜ਼ ਬਹੁਤ ਘੱਟ ਅਸੈਪਟ ਕਰਦੇ ਆ ਇਹ, ਤੁਹਾਨੂੰ ਇੰਸ਼ੋਰੈਂਸ ਜਿਹੜਾ ਆ ਆਸਟ੍ਰੀਆ ਦੀ ਜਿਹੜੀ ਕੰਪਨੀਜ਼ ਨੇ ਉਹਨਾਂ ਕੋਲੋਂ ਹੀ ਲੈਣਾ ਪਏਗਾ। ਉਸ ਤੋਂ ਬਾਅਦ ਆਪਣੀ ਜਿਹੜਾ ਮੈਡੀਕਲ ਹੈ ਮੈਡੀਕਲ ਹੋਏਗਾ, ਮੈਡੀਕਲ ਹੋਣ ਤੋਂ ਬਾਅਦ ਆਪਣੀ ਫਾਈਲ ਜਿਹੜੀ ਆ ਅੰਬੈਸੀ VFS ਦੇ ਵਿੱਚ ਸਬਮਿਟ ਹੁੰਦੀ ਹੈ। ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈ, ਅੰਬੈਸੀ ਦੀ ਅਪੁਆਇੰਟਮੈਂਟਸ ਨਹੀਂ ਮਿਲਦੀਆਂ ਬਟ VFS ਦੀ ਜਿਹੜੀ ਕੰਟਰੀਜ਼ ਆਪਣੇ ਇੰਡੀਆ ਦੇ ਵਿੱਚ ਹੈਗਾ ਹੈ VFS ਆਪਾਂ ਉੱਥੇ ਆਪਾਂ ਜਿਹੜੀ ਫਾਈਲ ਆਪਣੀ ਸਬਮਿਟ ਕਰਵਾ ਸਕਦੇ ਹਾਂ, ਅਪੁਆਇੰਟਮੈਂਟ ਦਾ ਕੋਈ ਰੋਲਾ ਨਹੀਂ ਹੈ। ਅੰਬੈਸੀ ਦੀ ਫੀਸ ਸਾਰੇ ਕੰਟਰੀਆਂ 'ਚ ਲਗਭਗ 8-10 ਹਜ਼ਾਰ ਯੂਰੋ ਹੀ ਹੁੰਦੀ ਹੈ, ਸੋਰੀ ਇੰਡੀਅਨ ਰੁਪੀਜ਼ ਹੁੰਦੀ ਹੈ। 8-10 ਹਜ਼ਾਰ ਰੁਪਏ ਤੁਸੀਂ ਪੇ ਕਰੋਗੇ ਅੰਬੈਸੀ ਦੇ ਵਿੱਚ, ਆਪਣੇ ਡਾਕੂਮੈਂਟਸ ਜਿਹੜੇ ਸਾਰੇ ਸਬਮਿਟ ਕਰਵਾਓਗੇ। ਡਾਕੂਮੈਂਟ ਸਬਮਿਟ ਕਰਵਾਉਣ ਤੋਂ ਬਾਅਦ ਆਸਟ੍ਰੀਆ ਦੇ ਵਿੱਚ ਮੋਸਟਲੀ ਜਿਹੜੀ ਯੂਨੀਵਰਸਿਟੀਜ਼ ਨੇ ਉਹ ਵੀ ਹੈਲਪ ਕਰਦੀਆਂ ਨੇ ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਰੀਪ੍ਰਜੈਂਟ ਕਰਨਾ ਹੈ ਅੰਬੈਸੀ ਦੇ ਵਿੱਚ, ਉਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈ। ਉਸ ਤੋਂ ਬਾਅਦ ਵੀਜ਼ਾ ਲੱਗਦਾ ਆ, ਪਾਸਪੋਰਟ 'ਤੇ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਟਰੈਵਲ ਕਰਕੇ ਆਸਟ੍ਰੀਆ ਜਾਣਾ ਆ, ਤੁਹਾਨੂੰ ਯੂਨੀਵਰਸਿਟੀਜ਼ ਤੁਹਾਡਾ ਟੈਂਪਰੇਰੀ ਰੈਜੀਡੈਂਸ ਕਾਰਡ ਬਣਾ ਕੇ ਦੇਣਗੀਆਂ। ਹੁਣ ਇੱਥੇ ਪੋਸਟ ਸਟੱਡੀ ਵਰਕ ਪਰਮਿਟ ਕਿੰਨਾ ਮਿਲਦਾ ਆ? ਸਟੱਡੀ ਕੰਪਲੀਟ ਹੋਣ ਤੋਂ ਬਾਅਦ 2 ਸਾਲ ਦਾ ਤੁਹਾਨੂੰ ਪੋਸਟ ਸਟੱਡੀ ਵਰਕ ਪਰਮਿਟ ਮਿਲ ਜਾਂਦਾ ਆ, ਉਸ ਤੋਂ ਬਾਅਦ 3 ਸਾਲ ਦਾ ਤੁਸੀਂ ਵਰਕ ਪਰਮਿਟ ਜੇ ਆਪ ਲੈ ਲੈਂਦੇ ਹੋ ਤਾਂ 5 ਸਾਲਾਂ ਬਾਅਦ ਤੁਸੀਂ PR ਅਪਲਾਈ ਕਰ ਸਕਦੇ ਹੋ ਆਸਟ੍ਰੀਆ ਦੇ ਵਿੱਚ। ਆਸਟ੍ਰੀਆ ਦੀ ਜਿਹੜੀ ਪਾਸਪੋਰਟ ਰੈਂਕਿੰਗ ਹੈ ਬਾਕੀ ਯੂਰੋਪੀਅਨ ਕੰਟਰੀਜ਼ ਵਾਂਗ ਹੀ ਬਹੁਤ ਜ਼ਿਆਦਾ ਹਾਈ ਹੈ, ਵੇਜਸ ਹਾਈ ਹੈ, ਪਾਸਪੋਰਟ ਰੈਂਕਿੰਗ ਹਾਈ ਹੈ, ਇਨਕਮ ਦਾ ਸੋਰਸ ਬਹੁਤ ਜ਼ਿਆਦਾ ਹੈ। ਤੁਸੀਂ ਇਹ ਮੈਂ ਇਕੱਲਾ ਨਹੀਂ ਕਹਿ ਰਿਹਾ, ਯੂਟਿਊਬ 'ਤੇ ਜਾਂ ਗੂਗਲ 'ਤੇ ਕਿਤੇ ਵੀ ਜਾ ਕੇ ਚੈੱਕ ਕਰ ਲਓ ਕਿ ਰੈਂਕਿੰਗ ਕੀ ਹੈ, ਆਸਟ੍ਰੀਆ ਜਾ ਸਾਂ ਜਾਣਾ ਜਾਂ ਨਹੀਂ ਜਾਣਾ ਆ, ਉਹ ਸਭ ਚੀਜ਼ਾਂ ਕਲੀਅਰ ਕਰ ਲਿਓ। ਡੈਡਲਾਈਨਸ ਓਪਨ ਆ ਯੂਨੀਵਰਸਿਟੀ 'ਚ ਅਪਲਾਈ ਕਰਨ ਦੀ, 7 ਸਤੰਬਰ ਇਨਟੇਕ ਜਿਹੜਾ ਆ ਰਿਹਾ ਆ ਉਹਦੇ ਐਪਲੀਕੇਸ਼ਨਸ ਹੈਗੀਆਂ ਨੇ, ਤੁਸੀਂ ਅਪਲਾਈ ਕਰੋ, ਪੋਜ਼ਿਟਿਵ ਜਿਹੜੇ ਰਿਸਪੋਂਸ ਨੇ ਉਹ ਮਿਲਣੇ ਸ਼ੁਰੂ ਹੋਣਗੇ। ਐਪਲੀਕੇਸ਼ਨ ਫੀਸ ਹਰੇਕ ਯੂਨੀਵਰਸਿਟੀ ਦੀ ਹੁੰਦੀ ਆ ਓਫਰ ਲੈਟਰ ਅਪਲਾਈ ਕਰਨ ਦੀ, 100 ਯੂਰੋ ਤੋਂ ਲੈ ਕੇ 150 ਯੂਰੋ ਦੇ ਵਿੱਚ ਆਉਣ ਵਾਲੀ ਆ। ਉਹ ਪੇ ਕਰਕੇ ਡਾਕੂਮੈਂਟ ਸੈਂਡ ਕਰਕੇ ਆਪਣਾ ਐਡਮਿਸ਼ਨ ਲੈਟਰ ਲੈ ਸਕਦੇ ਹੋ, ਐਡਮਿਸ਼ਨ ਹੋਣ ਤੋਂ ਬਾਅਦ ਸਾਰਾ ਜਿਹੜਾ ਮੈਂ ਪ੍ਰੋਸੈਸ ਦੱਸਿਆ ਉਹਨੂੰ ਫੋਲੋ ਕਰਕੇ ਆਸਟ੍ਰੀਆ ਦਾ ਵੀਜ਼ਾ ਲੈ ਸਕਦੇ ਹੋ। ਆਸਟ੍ਰੀਆ ਮੇਰੀ ਆਲਰੇਡੀ ਇੱਕ ਵੀਡੀਓ ਪਈ ਹੈ, ਉਹ ਤੁਸੀਂ ਚੈੱਕ ਕਰ ਸਕਦੇ ਹੋ, ਜਿਹੜਾ ਮੈਂ ਉੱਥੇ ਜਾ ਕੇ ਬਣਾਈ ਸੀ। ਹੋਰ ਇਨਫੋਰਮੇਸ਼ਨ ਜਿਹੜੀ ਇਸ ਵੀਡੀਓ 'ਚ ਸਕਿੱਪ ਹੋਗੀ ਤੁਹਾਨੂੰ ਉਸ ਦੇ ਵਿੱਚ ਦੇਖਣ ਵਾਸਤੇ ਜ਼ਰੂਰ ਮਿਲ ਜੂਗੀ। ਉਸ ਤੋਂ ਬਾਅਦ ਜੇ ਕੋਈ ਹੋਰ ਵੀ ਤੁਹਾਡਾ ਡਾਊਟ ਪੈਂਡਿੰਗ ਰਹਿ ਜਾਂਦੇ ਨੇ ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ, ਫੇਸਬੁੱਕ ਜਾਂ ਮੇਰੇ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਮੇਰੇ ਸਾਥ ਜਿਹੜੇ 2 ਨੰਬਰ ਮੈਂਸ਼ਨ ਹੁੰਦੇ ਤੁਸੀਂ ਮੇਰੇ ਦੋਨਾਂ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ, ਪੂਰੇ ਤੁਹਾਡਾ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕਰੀ ਜਾਊਗੀ ਮੇਰੇ ਵੱਲੋਂ। ਬਾਕੀ ਯੂਰਪ ਨੂੰ ਲੈ ਕੇ ਕਿਸੇ ਵੀ ਕੰਟਰੀ ਦਾ ਕੋਈ ਵੀ ਡਾਊਟ ਤੁਸੀਂ ਉਹ ਵੀ ਕਲੀਅਰ ਕਰ ਸਕਦੇ ਹੋ ਕਿ ਫੈਮਿਲੀ ਨਾਲ ਕਿਵੇਂ ਜਾਣਾ ਹੈ, ਆਪਣੀ ਪ੍ਰੋਫਾਈਲਾਂ ਸ਼ੇਅਰ ਕਰ ਸਕਦੇ ਹੋ। ਉਮੀਦ ਇਹੀ ਰਹਿੰਦੀ ਹੈ ਕਿ ਹਰੇਕ ਨੂੰ ਪੂਰੀ ਇਨਫੋਰਮੇਸ਼ਨ ਪਹੁੰਚਾਈ ਜਾਵੇ। ਕਈ ਵਾਰੀ ਟਾਈਮ ਘੱਟ ਹੋਣ ਕਰਕੇ ਜਾਂ ਕਿਸੇ ਚੀਜ਼ ਕਰਕੇ ਬਾਹਰ ਅੰਦਰ ਹੋਣ ਕਰਕੇ ਰਿਪਲਾਈ ਨਹੀਂ ਹੁੰਦਾ, ਤਾਂ ਤੁਸੀਂ ਮੇਰੇ ਦੂਜੇ ਨੰਬਰ 'ਤੇ ਕੰਟੈਕਟ ਜ਼ਰੂਰ ਕਰਿਆ ਕਰੋ। ਸੋ ਇਹ ਵੀਡੀਓ ਸੀ ਅੱਜ ਦੀ ਆਸਟ੍ਰੀਆ ਦੀ, ਫਿਰ ਵੀ ਕੋਈ ਡਾਊਟ ਰਹਿ ਗਿਆ ਮੈਨੂੰ ਕੰਟੈਕਟ ਕਰ ਲਿਓ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ।
ਇਸੇ ਤਰ੍ਹਾਂ ਦੇ ਵੀਡੀਓਜ਼ ਆਉਂਦੀਆਂ ਰਹਿਣਗੀਆਂ, ਚਾਹੇ ਇੰਡੀਆ ਦੇ ਵਿੱਚ ਜਾਂ ਆਊਟ ਆਫ ਇੰਡੀਆ ਜਾ ਕੇ ਬਣਾਉਣ ਦੀ ਮੈਂ ਕੋਸ਼ਿਸ਼ ਕਰਦਾ ਰਹੂੰਗਾ। ਸੋ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਉਹਨਾਂ ਚਾਹੀਦੇ ਲਈ ਸਤਿ ਸ਼੍ਰੀ ਅਕਾਲ।